पुलिस वालों कामरेड बलविंदर सिंह दे कतल दे मामले दी गुत्थी नूं सुलझाउण दा दावा कीता गया है। इस संबंधी पत्रकारां नाल गलबात करदिआं तरनतारन च DIG हरदयाल सिंह मान अते SSP ने कहा है कि इस मामले च 11 दोषियों नूं गिरफ्तार किया गया है। उक्त दोषियों की पहचान सुखराज सिंह उर्फ सुखा, रविंदर सिंह आकाशदीप, रविंदर सिंह ढिल्लों, राकेश कुमार उर्फ काला, रवि कुमार, चांद कुमार, मनप्रीत सिंह, जगजीत सिंह उर्फ जग्गा, जोबनजीत सिंह उर्फ जोबन, प्रभजीत सिंह उर्फ बिट्टू वजो हुई है। उन्होंने दसाया कि सारे गैंगस्टर इन्हों का मुख्य साथी सुखा भिखारीवाल अजे पुलिस की गिरफ्त तो बाहर है। पुलिस के मुताबिक गिरफ्तार किए गए दोषी इन्हों के साथी हैं। DIG मान ने दसा है कि दोषियों वालों वारदात वरत्या गया मोटरसाइकिल दरिया चो टुकड़िया चो बरामद होया है। उन्होंने कहा कि इस कतल का कारण की सी, फरार हुए तिने दोषियों को गिरफ्तार करने से ही पता लगेगा। ਕਾਗੇ ਚੱਕਰ ਵਿਜੇ ਤਾਹਰਾਂ ਦਾ ਮਰਡਰ ਹੋਇਆ ਸੀਗਾ 16 ਅਕਤੂਬਰ ਨੂੰ ਸਵੇਰ। ਉਹਦੇ ਵਿੱਚ ਉਹਦੇ ਕਤਲ ਦੀ ਗੁੱਥੀ ਅਸੀਂ ਸੁਲਝਾ ਲਈ ਹੈ। ਉਸ ਦੇ ਵਿੱਚ 11 ਅਕਿਊਜ਼ ਨੂੰ ਹੁਣ ਤੱਕ ਅਸੀਂ ਅਰੈਸਟ ਕੀਤਾ ਹੈ ਅਤੇ 11 ਅਕਿਊਜ਼ ਦੇ ਨਾਮ ਵੀ ਤੁਹਾਨੂੰ ਪ੍ਰੈਸ ਨੋਟ ਦੇ ਵਿੱਚ ਮਿਲ ਗਏ ਹੋਣਗੇ। ਅਤੇ ਇਹਨਾਂ ਦੀ ਇੱਕ ਬੜੀ ਕੌਨਸਪਰੇਸੀ ਦੇ ਨਾਲ ਇਹਨਾਂ ਨੂੰ ਇਹਨਾਂ ਨੇ ਕਤਲ ਕੀਤਾ ਹੈ। ਸਵੇਰੇ ਕਤਲ ਕਰਨ ਤੋਂ ਮਗਰੋਂ ਇਹ ਇਸ ਤੋਂ ਬਾਅਦ ਐਸਕੇਪ ਹੋਏ ਨੇ। ਐਸਕੇਪ ਹੋ ਕੇ ਦੋ ਜਿਹੜੇ ਸ਼ੂਟਰ ਸੀਗੇ ਉਸ ਤੋਂ ਮਗਰੋਂ ਉਹਨਾਂ ਨੂੰ ਅਸੀਂ ਸਾਡੀ ਪੁਲਿਸ ਟੀਮ ਜਿਹੜੀ ਹੈਗੀ ਹੈ DSP ਪਿੱਕੀ ਵਿੰਡ ਇਹਨਾਂ ਦੇ SHO ਔਰ SSP ਸਾਹਿਬ ਨੇ ਬੜੀ ਮਿਹਨਤ ਦੇ ਨਾਲ ਉਹਨਾਂ ਦੀ ਮੂਵਮੈਂਟ ਨੂੰ ਟਰੈਕ ਕੀਤਾ। ਉਸ ਮੂਵਮੈਂਟ ਟਰੈਕ ਕਰਨ ਦੇ ਵਿੱਚ ਸਾਨੂੰ ਇਲੈਕਟ੍ਰੋਨਿਕ ਐਵੀਡੈਂਸ ਵੀ ਕਾਫੀ ਇਕੱਠਾ ਹੋਇਆ, ਲੋਕਾਂ ਦੀ ਪਬਲਿਕ ਦੀ ਕਾਫੀ ਮਦਦ ਮਿਲੀ ਜਿਨ੍ਹਾਂ ਨੇ ਸਾਨੂੰ ਅੱਗੇ ਦੀ ਅੱਗੇ ਦੱਸਿਆ। ਅਸੀਂ ਉਹਨਾਂ ਨੂੰ ਟਰੈਕ ਕਰਦੇ ਹੋਏ ਅਲਟੀਮੇਟਲੀ ਲੁਧਿਆਣਾ ਸਲੇਮ ਟਾਵਰੀ ਏਰੀਏ ਦੇ ਵਿੱਚ ਜਿੱਥੇ ਦੋਨੋਂ ਕਤਲ ਕਰਨ ਤੋਂ ਬਾਅਦ ਪਹੁੰਚੇ ਉੱਥੇ ਉਹਨਾਂ ਨੂੰ ਟਰੇਸ ਕੀਤਾ। ਟਰੇਸ ਕਰਨ ਤੋਂ ਮਗਰੋਂ ਫਿਰ ਇਸ ਦੀਆਂ ਕੜੀਆਂ ਅੱਗੇ ਦੀ ਅੱਗੇ ਜੁੜਦੀਆਂ ਗਈਆਂ। ਉਹਦੇ ਵਿੱਚ ਇਹਦੀ ਕੌਨਸਪਰੇਸੀ ਜੇਲ੍ਹ ਦੇ ਵਿੱਚ ਦੋ ਬੰਦੇ ਜਿਹੜੇ ਗ੍ਰਿਫਤਾਰ ਸੀ ਉਹਨਾਂ ਵੱਲੋਂ ਕਿਸੇ ਹੋਰ ਅਕਿਊਜ਼ ਦੇ ਨਾਲ ਰਲ ਕੇ ਇਹ ਰਚੀ ਗਈ। ਉਹਦੇ ਵਿੱਚ ਜਿਹੜੇ ਅਸੀਂ 11 ਬੰਦੇ ਅਰੈਸਟ ਕੀਤੇ ਨੇ, ਸਭ ਤੋਂ ਪਹਿਲਾਂ ਸੀ ਸੁਖਰਾਜ ਸੁੱਖਾ ਜਿਹੜਾ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਲੱਖਣਵਾਲ ਪਿੰਡ ਦਾ ਰਹਿਣ ਵਾਲਾ ਹੈ, ਔਰ ਦੂਸਰਾ ਰਵਿੰਦਰ ਗਿਆਨਾ ਜਿਹੜਾ ਖਰਲ ਪਿੰਡ ਦਾ ਰਹਿਣ ਵਾਲਾ ਹੈ ਗੁਰਦਾਸਪੁਰ ਦੇ ਵਿੱਚ। ਇਹਨਾਂ ਦੇ ਵੱਲੋਂ ਉੱਥੇ ਬੈਠ ਕੇ ਰਚੀ ਗਈ ਜੇਲ੍ਹ ਦੇ ਅੰਦਰ। ਇੱਕ ਇਹਨਾਂ 'ਚੋਂ ਫਿਰੋਜ਼ਪੁਰ ਜੇਲ੍ਹ ਦੇ ਵਿੱਚ ਸੀ, ਦੂਸਰਾ ਪਟਿਆਲਾ ਜੇਲ੍ਹ ਦੇ ਵਿੱਚ ਸੀ। ਉੱਥੇ ਇਹਨਾਂ ਨੂੰ ਜਿਹੜਾ ਅੱਗੇ ਸਾਰੀ ਇਹਦੀ ਗਾਈਡੈਂਸ ਦੇ ਰਿਹਾ ਸੀ ਉਹ ਇਹਨਾਂ 'ਚੋਂ ਹੀ ਇੱਕ ਦਾ ਰਿਸ਼ਤੇਦਾਰ ਸੁੱਖ ਭਿਖਾਰੀਵਾਲ ਜਿਹੜਾ ਪਹਿਲਾਂ ਪੁਰਾਣਾ ਗੈਂਗਸਟਰ ਹੋਇਆ, ਕਾਫੀ ਸਾਰੇ ਉਹਦੇ ਖਿਲਾਫ਼ ਮੁਕੱਦਮੇ ਪਹਿਲਾਂ ਹੀ ਦਰਜ ਨੇ। ਇਹਨਾਂ ਦੇ ਉਹਨਾਂ ਦੇ ਖਿਲਾਫ਼ ਵੀ ਕਾਫੀ ਮੁਕੱਦਮੇ ਦਰਜ ਨੇ, ਉਹਦੇ ਵੱਲੋਂ ਇਹਨਾਂ ਤੋਂ ਇਹਨਾਂ ਦੇ ਰਾਹੀਂ ਕਰਵਾਇਆ ਗਿਆ। ਇਹਨਾਂ ਨੇ ਫਰਦਰ ਕੰਟੈਕਟ ਕੀਤਾ ਦੋ ਜਿਹੜੇ ਸ਼ੂਟਰ ਸੀਗੇ ਉਹਨਾਂ ਦੇ ਨਾਲ ਜਿਨ੍ਹਾਂ ਨੇ ਇਸ ਕਾਰਵਾਈ ਨੂੰ ਅੰਜਾਮ ਦਿੱਤਾ। ਇਹਦੇ ਵਿੱਚ ਹੋਰ ਵੀ ਬਹੁਤ ਸਾਰੇ ਅਕਿਊਜ਼ ਵਿੱਚ ਇਸ ਕਾਰਵਾਈ ਵਿੱਚ ਅਰੈਸਟ ਕੀਤੇ ਨੇ, ਜਿਨ੍ਹਾਂ ਨੇ ਇਹਨਾਂ ਨੂੰ ਉੱਥੇ ਠਾਰ ਦਿੱਤੀ ਲੁਧਿਆਣੇ ਦੇ ਵਿੱਚ ਸਲੇਮ ਟਾਵਰੀ ਦੇ ਵਿੱਚ। ਉੱਥੇ ਤਕਰੀਬਨ 1 ਮਹੀਨਾ ਰਹੇ ਇਹ ਇਸ ਕ੍ਰਾਈਮ ਨੂੰ ਅੰਜਾਮ ਦੇਣ ਤੋਂ ਪਹਿਲਾਂ। ਉਹਦੇ ਨਾਲ ਸੰਬੰਧਿਤ ਸਾਰੇ ਉਹਨਾਂ ਸ਼ੂਟਰਸ ਨੂੰ ਜਿਨ੍ਹਾਂ ਨੇ ਸ਼ੂਟ ਕਰਨ ਦੇ ਲਈ ਟ੍ਰੇਨਿੰਗ ਦਿੱਤੀ, ਰਵੀ ਢਿੱਲੋਂ ਨਾਂ ਦਾ ਵਿਅਕਤੀ ਹੈਗਾ ਉਹਨੂੰ ਵੀ ਗ੍ਰਿਫਤਾਰ ਕੀਤਾ, ਔਰ ਜਿਹੜਾ ਮੋਟਰਸਾਈਕਲ ਇਸ ਦੇ ਵਿੱਚ ਵਰਤਿਆ ਗਿਆ ਸੀ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚੋਂ ਖੋਹਿਆ ਗਿਆ ਸੀ ਇਹਨਾਂ ਅਕਿਊਜ਼ ਵੱਲੋਂ, ਉਹ ਵੀ ਅਸੀਂ ਮੋਟਰਸਾਈਕਲ ਜਿਹਨੂੰ ਰਵੀ ਢਿੱਲੋਂ ਨੇ ਪੀਸਿਸ ਕਰਕੇ ਉੱਥੇ ਦਰਿਆ ਦੇ ਵਿੱਚ ਸੁੱਟਿਆ ਸੀ ਉਹ ਵੀ ਪੂਰੇ ਦਾ ਪੂਰਾ ਸੀ ਰਿਕਵਰ ਕੀਤਾ, ਟਾਇਰਾਂ ਨੂੰ ਅੱਗ ਲਾ ਕੇ ਫੂਕਤਾ ਸੀ ਉਹ ਵੀ ਅਸੀਂ ਸਾਇੰਟੀਫਿਕਲੀ ਉਹਨੂੰ ਰਿਕਵਰ ਕੀਤਾ। ਫਿਰ ਕਤਲ ਉਹਨੇ ਕਤਲ ਕਰਨ ਦਾ ਮਕਸਦ ਕੀ ਸੀ, ਕਿੱਥੋਂ ਉਹਨਾਂ ਟ੍ਰੇਨਿੰਗ ਲਈ ਸਾਰਾ? ਇਹਦੇ ਵਿੱਚ ਅਜੇ ਕੁਛ ਕੜੀਆਂ ਬਾਕੀ ਨੇ। ਸ਼ੂਟਰ ਦੀ ਗ੍ਰਿਫਤਾਰੀ ਅਸੀਂ ਇਹਨਾਂ ਨੂੰ ਟਰੈਕ ਕਰ ਲਿਆ ਹੈ, ਲੇਕਿਨ ਗ੍ਰਿਫਤਾਰੀ ਉਹਨਾਂ ਦੀ ਬਾਕੀ ਹੈ, ਔਰ ਸੁੱਖ ਭਿਖਾਰੀਵਾਲ ਜੀ ਨੇ ਸਾਰੀ ਇਹ ਘਟਨਾ ਨੂੰ ਅੰਜਾਮ ਦਵਾਇਆ ਹੈ, ਉਹਦੀ ਗ੍ਰਿਫਤਾਰੀ ਬਾਕੀ ਹੈ। ਉਹਨਾਂ ਦੀ ਗ੍ਰਿਫਤਾਰੀ ਦੇ ਲਈ ਅਸੀਂ ਸਾਰੇ ਹੋਰ ਵੀ ਕਈ ਜ਼ਿਲ੍ਹਿਆਂ ਦੀਆਂ ਟੀਮਾਂ ਲੱਗੀਆਂ ਹਨ, ਜਲਦੀ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਊਗਾ। ਇਸ ਦੇ ਵਿੱਚ ਇੱਕ ਵੱਡਾ ਕੁਐਸਚਨ ਸਾਰਿਆਂ ਦਾ ਤੁਹਾਡਾ ਇਹ ਹੋਣਾ ਹੈ ਕਿ ਮੋਟਿਵ ਕੀ ਸੀ, ਇਹ ਮੋਟਿਵ ਦੇ ਲਈ ਅਸੀਂ ਇਹਨਾਂ ਨੂੰ ਜਲਦੀ ਗ੍ਰਿਫਤਾਰ ਕਰਕੇ ਸੁੱਖ ਭਿਖਾਰੀਵਾਲ ਨੂੰ ਕਿਉਂ ਇਹ 'ਚ ਗ੍ਰਿਫਤਾਰ ਕੀਤਾ, ਕਿਉਂ ਇਹਨਾਂ ਨੂੰ ਇਹਨਾਂ ਨੇ ਮਰਡਰ ਕੀਤਾ ਕਾਮਰੇਡ ਬਲਵਿੰਦਰ ਸਿੰਘ ਦਾ। ਉਹਨਾਂ ਚਿਰ ਤੱਕ ਅਸੀਂ ਤੁਹਾਨੂੰ ਇਸ ਦੇ ਬਾਰੇ 'ਚ ਕੀ ਇਹਦੀ ਕੌਨਸਪਰੇਸੀ ਸੀ, ਕੁਛ ਸਾਡੇ ਕੋਲ ਉਹਦੇ 'ਚ ਹਿੰਟਸ ਹੈਗੇ ਨੇ,
लेकिन उन्ना चिर असी जिन्हें चिर बिल्कुल तय तक नहीं पहुँचते इस दे बारे बिल्कुल भी इतने खुलासे नहीं कर सकते। फर्स्ट इन्वेस्टिगेशन की सामने आया, कुछ ना कुछ सामने आएगा। फर्स्ट इन्वेस्टिगेशन आही असी मैं कह के हटे हाँ कि साढ़े को कुछ हिंट्स है, लेकिन वो हिंट्स अजे तुहानू असी बिल्कुल नहीं दसांगे क्योंकि उहदे विच होर भी अगे सानू कई चीजा मिलन की आस है। सर जग्गू भगवान होरां नूं इसे वास्ते लिआंदा गया सी सर, ओह तों सारी इन्वेस्टिगेशन होई होर केस दे विच लिआंदा है, लेकिन इस दे बारे च वी असी उहदे तों जिहड़ा सुख सुख भखारी वाल है ये विक्की गोंडर गैंग दा बंदा हैगा। ये देखो इस गैंग दे विच कोई लिखा क्लीयर कट लाइनस नहीं हुंदी कौन किहदे नाल ने, इह बदलदियां रहिंदियां ने। सर गुरबतवंत सिंह पन्नू दा लिया सी कि जिहड़ा बलविंदर सिंह जिन्हां दी कतल होया इहनां दे बेटे किसी मामले दे विच जेल च रहा सी ਤੇ ਉਹਦੇ ਦਰਮਿਆਨ ਇਹ ਗੈਂਗ ਦੇ ਨਾਲ ਜੇਲ੍ਹ ਦੇ ਵਿੱਚ ਵੀ ਤੂੰ ਤੂੰ ਮੈਂ ਹੋਈ ਸੀ, ਕਿਸੇ ਇਹ ਵਜ੍ਹਾ ਕਾਰਨ ਤਾਂ ਨਹੀਂ ਕਤਲ ਹੋਇਆ? ਉਹ ਗੱਲਾਂ ਵੱਖਰੀਆਂ ਨੇ, ਅਜੇ ਤੱਕ ਉਸ ਗੱਲ ਨਾਲ ਸਿੱਧੇ ਤੌਰ 'ਤੇ ਕੋਈ ਲਿੰਕ ਨਹੀਂ ਜੁੜਿਆ ਜਿਹੜਾ ਅਸੀਂ ਇਨਵੈਸਟੀਗੇਸ਼ਨ ਤੁਹਾਨੂੰ ਠੋਸ ਤਰੀਕੇ ਨਾਲ ਕਹਿ ਸਕੀਏ। ਸੈਂਟੈਂਸ ਕਿਰਪਾ ਕਰਕੇ ਹਾਂ, ਉਹਨਾਂ ਚਿਰ ਅਸੀਂ ਕਹਿ ਨਹੀਂ ਸਕਦੇ ਜਿੰਨਾ ਚਿਰ ਸਾਨੂੰ ਕੋਈ ਠੋਸ ਲਾਈਨ ਨਹੀਂ ਮਿਲਦੀ। ਦੇਖੋ ਅਸੀਂ 24 ਤਰੀਕ ਨੂੰ ਸਾਰਿਆਂ ਨੂੰ ਲੱਭਦੇ ਲੱਭਦੇ ਅਸੀਂ ਲੁਧਿਆਣੇ ਪਹੁੰਚ ਗਏ, ਹੈ ਨਾ। ਲੁਧਿਆਣੇ ਪਹੁੰਚ ਕੇ ਅਸੀਂ ਅਕਿਊਜ਼ ਨੂੰ ਜਿਹੜੇ ਮੇਨ ਸ਼ੂਟਰ ਸੀ ਲੱਭ ਰਹੇ ਸੀ, ਕਿਸੇ ਸੱਜਣ ਨੇ ਸਾਡੀ ਖਬਰ ਲਾਤੀ ਕਿ ਪੁਲਿਸ ਤਰਨ ਤਾਰਨ ਇੱਥੇ ਲੱਭ ਰਹੀ ਹੈ, ਉਸ ਤੋਂ ਬਾਅਦ ਉਹ ਸਕੇਪ ਹੋ ਗਏ। ਸੋ ਕਿਰਪਾ ਕਰਕੇ ਅਸੀਂ ਉਹਨਾਂ ਹੀ ਦੱਸ ਰਹੇ ਹਾਂ ਜਿੰਨਾ ਅੱਜ ਸਾਨੂੰ ਦੱਸਣ ਦੀ ਜ਼ਰੂਰਤ ਹੈ। ਤਰਨ ਤਾਰਨ ਤੋਂ ਜਸਬੀਰ ਸਿੰਘ ਲੱਡੂ ਦੀ ਰਿਪੋਰਟ, ਪੰਜਾਬ ਟੂਡੇ।